ਇਹ ਨਹੀਂ ਦਿਲਚਸਪ ਗੱਲ ਹੈ ਕਿ ਇੱਕ ਉਸ ਸਮਾਂ ਸੀ ਜਦੋਂ ਸਾਡੇ ਆਜ ਦੇ ਅਗਲੇ ਮਹਿਮਾਨ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਸੀ ਤੇ ਇਥੋਂ ਦੇ ਇਮੀਗ੍ਰੇਸ਼ਨ ਲਈ ਉਹਨਾਂ ਨੂੰ ਬੇਹਤ ਜਦੋਜਹਿਦ ਕਰਨੀ ਪਈ ਤੇ ਆਜੇ ਸਮਾਂ ਕਿ ਉਹ ਹੀ ਇਨਸਾਨ ਤਿੰਨ ਵਾਰ ਕੈਨੇਡੀਅਨ ਚੈਂਪੀਅਨ ਰਹਿ ਚੁੱਕਾ ਹੈ ਤੇ ਕੈਨੇਡਾ ਦੀ ਸਭ ਤੋਂ ਪਾਵਰਫੁਲ ਵੇਟ ਲਿਫਟਿੰਗ ਟੀਮ ਦਾ ਹਿੱਸਾ ਵੰਡ ਕੇ ਇੱਕ ਮਿਸਾਲ ਕਾਇਮ ਕਰ ਚੁੱਕਾ ਹੈ ਇਹ ਹੀ ਨਹੀਂ ਉਹਨਾਂ ਨੂੰ ਹਾਲ ਹੀ ਦੇ ਵਿੱਚ ਕੈਨੇਡਾ ਨੂੰ ਵੇਟ ਲਿਫਟਿੰਗ ਵਿੱਚ ਬੇਜਿੰਗ 올ਿਮਪਿਕਸ ਵਿੱਚ ਰਿਪਰੈਜ਼ੈਂਟ ਕਰਨ ਦਾ ਮੌਕਾ ਵੀ ਮਿਲਿਆ ਆਉ ਮਿਲਦਿਆਂ ਵੇਟ ਲਿਫਟਰ ਜਸਵੀਰ ਸਿੰਘ ਨੂੰ ਇਸ ਚਲਕ ਤੋਂ ਬਾਅਦ ਜਸਪੀਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚਾਈ ਟਾਈਮ ਵਿੱਚ ਥੈਂਕ ਯੂ ਤਰਨਵ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਇਹ ਇਵਿਟੇਸ਼ਨ ਦੇ ਕੇ ਮੈਨੂੰ ਇੱਕ ਮਾਣ ਦਿੱਤਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਨਹੀਂ ਤੁਸੀਂ ਸਾਡਾ ਮਾਣ ਰੱਖਿਆ 올림픽ਸ ਦੇ ਵਿੱਚ ਜਾ ਕੇ ਮੇਰਾ ਖਿਆਲ ਹਰ ਐਥਲੀਟ ਦਾ ਸੁਪਨਾ ਹੁੰਦਾ ਹੈ 올림픽ਸ ਵਿੱਚ ਜਾਣਾ ਸੋ ਕਿੱਦਾਂ ਮਹਿਸੂਸ ਹੋਇਆ ਤੁਹਾਨੂੰ ਪਹਿਲਾਂ ਪਤਾ ਲੱਗਾ ਵੀ ਤੁਸੀਂ ਜਾ ਰਹੇ ਹੋ ਤੇ ਕੈਨੇਡਾ ਨੂੰ ਰੈਪ੍ਰੀਜ਼ੈਂਟ ਕਰ ਰਹੇ ਹੋ ਇੱਕ ਬਹੁਤ ਹੀ ਇੱਕ ਮੇਰੇ ਲਈ ਸਭ ਤੋਂ ਲਾਈਫ ਦੀ ਜਿਹੜੀ ਇੱਕ 빅 ਅਚੀਵਮੈਂਟ ਸੀਗੀ ਤੇ ਮੈਨੂੰ ਆਪਣੇ ਆਪ ਦੇ ਉੱਪਰ ਆਪਣੀ ਪੰਜਾਬੀ ਕਮਿਊਨਿਟੀ ਦੇ ਉੱਪਰ ਤੇ ਕੈਨੇਡੀਅਨ ਕਮਿਊਨਿਟੀ ਜਿੰਨੀ ਵੀ ਇੱਥੇ ਵੱਸਦੀ ਆ ਸਾਰਿਆਂ ਉੱਪਰ ਬਹੁਤ ਮਾਣ ਆ ਜਿਨ੍ਹਾਂ ਨੇ ਮੈਨੂੰ ਇੱਥੇ ਇਸ ਕੰਟਰੀ ਦੇ ਵੱਲੋਂ ਜਾਣ ਦਾ ਮੌਕਾ ਦਿੱਤਾ ਤੇ ਉਸ ਟਾਈਮ ਦੇ ਵਿੱਚ ਜਦੋਂ ਇਹ 18 ਮਈ ਨੂੰ ਮੇਰਾ ਲਾਸਟ ਕੁਆਲੀਫਾਈਡ ਰਾਉਂਡ ਸੀਗਾ ਜਿਹੜਾ ਮੌਂਟਰੀਅਲ ਦੇ ਵਿੱਚ ਮੈਂ ਕੰਪੀਟ ਕੀਤਾ ਉੱਥੋਂ ਜਦੋਂ ਇਹ ਫਾਈਨਲ ਡਿਸੀਜਨ ਮਿਲਿਆ ਤਾਂ ਮੈਨੂੰ ਇੰਨਾ ਮਤਲਬ ਖੁਸ਼ੀ ਹੋਈ ਕਿ ਮੇਰੀ ਜਿਹੜੀ ਲਾਈਫ ਦਾ ਸਫ਼ਰ ਆ 17 ਸਾਲਾਂ ਦੇ ਵਿੱਚ ਜਿਹੜਾ ਇੱਕ ਸਫ਼ਰ ਆ ਵੀ ਮੈਨੂੰ ਉਹ ਨੂੰ ਇਹ ਤੋਂ ਵੀ ਕੈਨੇਡਾ ਤੋਂ ਬੀਜੀ ਤੱਕ ਜਾਣ ਦੇ ਲਈ 17 ਸਾਲ ਲੱਗੇ ਮਤਲਬ ਉਹ ਜਿਹੜੀ ਮੂਵਮੈਂਟ ਆ ਮੈਨੂੰ ਇੰਜੋਏ ਕਰਨ ਦੇ ਲਈ ਇੱਕ ਇੱਕ ਮੇਰਾ ਗੋਲ ਜਿਹੜਾ ਅਚੀਵ ਹੋ ਰਿਹਾ ਮੈਨੂੰ ਉਸ ਟਾਈਮ ਬਹੁਤ ਖੁਸ਼ੀ ਸੀਗੀ ਤੇ ਮੈਂ ਉਹ ਉਸ ਤੋਂ ਬਾਅਦ ਰੇਲੀ ਆਪਣੇ ਜਿਹੜੀਆਂ ਫੋਕਸ ਆ 올림픽 ਤੇ ਹੋਰ ਜਿਆਦਾ ਤਾਂ ਮੰਦੇ ਨਾਲ ਤੇ ਕਰ ਲੱਭੀ ਚਾਹ ਤੇ ਵੈਸੇ ਅਸੀਂ ਆਮ ਆਦਮੀ ਤਾਂ ਬੈਠਾ ਟੀਵੀ ਤੇ 올림픽ਸ ਦੇਖਦਾ 올림픽ਸ ਦੇ ਮਜ਼ੇ ਲੈਂਦਾ ਔਰ ਹਮੇਸ਼ਾ ਐ ਲੱਗਦਾ ਹੁਣ ਵੀ ਜਿਹੜੇ ਐਥਲੀਟਸ ਉੱਥੇ ਨੇ ਜੀ ਉਹਨਾਂ ਨੂੰ ਕਿੱਦਾਂ ਮਹਿਸੂਸ ਹੁੰਦਾ ਕਿਹੋ ਜਿਹਾ ਮਾਹੌਲ ਹੁੰਦਾ ਕਿਹੋ ਜਿਹੀ એનર્ਜੀ ਹੁੰਦੀ ਹੈ ਕਿੰਨਾ ਕੁ ਕੰਪੀਟੀਟਿਵ ਹੁੰਦਾ ਇੱਕ ਦੂਜੇ ਨਾਲ ਕੰਪੀਟ ਕਰਨ ਦੀ ਜਿਹੜੀ ਫੀਲਿੰਗ ਹੈ ਉਹ ਕਿੰਨੀ ਖੁੰਦੀ ਹੈ ਉੱਥੇ ਤ੍ਰਿਨਮ ਜੀ ਉੱਥੇ ਜਿਹੜਾ ਮਾਹੌਲ ਹੈ ਇੱਕ ਜਿਹੜਾ 올림픽 ਵਿਲੇਜ ਹੈ ਉਹਦੇ ਵਿੱਚ ਤੁਸੀਂ ਮਤਲਬ ਇੱਕ ਆਪਾਂ ਮੈਚ ਆਪਾਂ ਮੇਰੇ ਕੋਲ ਐਨੇ ਵਰਡਸ ਨਹੀਂ ਕਿ ਮੈਂ ਡਿਸਕ੍ਰਾਈਬ ਕਰਾਂ ਉਹ ਜਿਹੀਆਂ ਜੋ ਮੂਮੈਂਟਸ ਮੈਂ ਇੰਜੋਏ ਕੀਤੀਆਂ ਪਰ ਇੱਕ ਇੱਕ ਜਿਹੜਾ ਮਾਹੌਲ ਸੀ ਉੱਥੇ ਦਾ ਐਨੇ 11000 ਐਥਲੀਟ 올림픽 ਵਿਲੇਜ ਦੇ ਵਿੱਚ ਰਹਿੰਦੇ ਸੀਗੇ ਔਰ ਔਰ ਉਹਨਾਂ ਦਾ ਜੋ ਵੀ ਡੈਲੀਗੇਟ ਸਿਗਾ ਉਹਨਾਂ ਨੇ ਇੰਨੀ ਇੰਨੀ ਚੱਜੇ ਢੰਗ ਦੇ ਨਾਲ ਆਪਣੇ ਆਪ ਨੂੰ ਇੱਕ ਵਧੀਆ ਢੰਗ ਦੇ ਨਾਲ ਆਪਣੇ ਕਲਚਰ ਨੂੰ ਆਪਣੀ ਸਪੋਰਟਸ ਨੂੰ ਉੱਥੇ ਪੇਸ਼ ਕੀਤਾ ਜਿਹੜੀ ਉੱਥੇ ਦੀ ਇੱਕ ਚਾਈਨਾ ਵਿਜ਼ਿੰਗ ਦੀ ਇੱਕ ਅਲੱਗ ਪਹਿਚਾਣ ਉੱਥੇ ਆਪਾਂ ਨੂੰ ਦੇਖਣ ਦੀ ਮਿਲੀ ਜਿਹੜਾ ਉਹਨੀ ਇੱਕ ਤਨਮਨ ਦੇ ਤਨ ਦੇ ਨਾਲ ਜਿਹੜਾ ਸਾਰਾ ਫੋਕਸ ਕਿਹੜਾ ਫਲੰਪਿਤ ਕੀਤਾ ਹੋਇਆ ਸੀਗਾ ਤੇ ਉੱਥੇ ਦੀ ਜਿਹੜੀ ਜਿਹੜੀ ਸਭ ਤੋਂ ਵਧੀਆ ਗੱਲ ਸੀ ਵੀ ਜਿਹੜੀ ਚਾਈਨਾ ਦੇ ਵਿੱਚ ਜਿਹੜੇ ਵੋਲੰਟੀਅਰ ਸੀਗੇ ਜਾਂ ਜਿਹੜੀ ਉਹਨਾਂ ਦੀ ਇੱਕ ਆਉ ਭਗਤ ਸੀਗੀ ਇੱਕ ਬਹੁਤ ਹੀ ਉਨੀ ਦਿਲੋਂ ਉਹ ਕੀਤੀ ਕਿ ਜਿਹੜੇ ਇਸ ਇੱਕ 올림픽 ਵਿਲੇਜ ਦੇ ਵਿੱਚ ਜਿਹੜਾ ਆਪਣਾ ਇੱਕ ਐਥਲੀਟ ਨੂੰ ਟੇਕ ਕੇਅਰ ਕਰਨ ਦੇ ਲਈ ਉਹਨਾਂ ਦੀ ਨੇ ਮਤਲਬ ਦੇਖਵਾਲ ਦੇ ਲਈ 18000 ਵਲੰਟੀਅਰ ਅੰਦਰ ਇੱਕ 올림픽 ਵਿਲੇਜ ਦੇ ਵਿੱਚ ਕੰਮ ਕਰਦੇ ਸੀ। ਕੀ ਬਾਤ ਹੈ? ਜੀ ਉਹ ਉਹ ਦੇਖੋ ਵੀ ਇੱਕ 올림픽 ਵਿਲੇਜ ਦੇ ਵਿੱਚ ਅਸੀਂ 11000 ਐਥਲੀਟ ਸੀ ਤੇ 18000 ਉੱਪਰ ਦੀ ਯੂਨੀ ਜਿਹੜੇ ਇੱਕ ਵਲੰਟੀਅਰਸ ਜਿਹੜੇ ਕੰਮ ਕਰਦੇ ਸੀ। ਮਤਲਬ ਸਾਰੀ ਆਰਗੇਨਾਈਜ਼ ਕਰਨ ਦੇ ਲਈ ਬਿਲਕੁਲ ਬਿਲਕੁਲ ਤਾਂ ਇੱਕ ਉੱਥੇ ਦੇ ਜਿਹੜੇ ਐਥਲੀਟਸ ਸੀ ਉਹਨਾਂ ਨੂੰ ਦੇਖ ਕੇ ਮਿਲ ਕੇ ਇੱਕ ਇੰਨੀ ਖੁਸ਼ੀ ਹੁੰਦੀ ਸੀ ਕਿ ਇੱਕ ਆਪਣੀ ਲਾਈਫ ਦੀ ਜਿਹੜੀ ਮਿਹਨਤ ਕੀਤੀ ਹੋਈ ਆ ਉਹ ਉੱਥੇ ਪੇਡ ਆਫ ਹੁੰਦੀ ਸੀ ਤਾਂ ਆਪਣੇ ਆਪ ਤੇ ਮਾਣ ਹੁੰਦਾ ਸੀ ਵੀ ਮੈਂ ਜੇ ਅੱਜ 17 ਸਾਲ ਕਿਸੇ ਕੰਮ ਲਈ ਹਮ ਹਮ ਕੰਮ ਅਕੰਪਲਿਸ਼ ਕਰ ਲਿਆ ਕਰ ਲਿਆ ਉਹ ਉਹ ਇੱਥੇ ਵਰਥ ਵਰਥ ਕਰਦੇ ਆ ਔਰ ਐਨੀ ਐਨੀ ਆਪਣੇ ਆਪ ਤੇ ਮੋਟੀਵੇਸ਼ਨ ਹੁੰਦੀ ਸੀ ਕਿ ਮੈਂ ਹੋਰ 17 ਸਾਲ ਕਰਾਂ ਜੀ। ਕੀ ਬਾਤ ਹੈ। ਤੁਹਾਡੀ ਜਿਹੜੀ weight lifting ਦੀ ਜਿਹੜੀ ਟੀਮ ਹੈ ਉਹਦੀ ਪਰਫਾਰਮੈਂਸ ਬਾਰੇ ਸਾਨੂੰ ਦੱਸੋ ਕਿੰਸੀ ਰਹੀ? ਜੀ weight lifting ਦੀ ਟੀਮ ਅਸੀਂ ਤੈਨ 10 ਸਪੌਟ ਸਾਡੀ वूमेन ਟੀਮ ਕੋਲ ਸੀਗੇ ਤੇ ਦੋ ਸਪੌਟ ਜਿਹੜੇ ਆਪਣੇ ਮੇਨ ਟੀਮ ਕੋਲ ਸੀਗੇ اچھا ਤੇ ਟੋਟਲ ਪੰਜ ਐਥਲੀਟ ਅਸੀਂ ਕੈਨੇਡਾ ਨੂੰ weight lifting ਦੇ ਵਿੱਚ ਗਏ ਸੀ ਤੇ ਸਾਰ ਸਾਰਿਆਂ ਨੇ ਆਪਣੀ ਆਪਣੀ ਜਿਹੜੀ ਪਰਸਨਲ ਜਿਹੜੀ ਵੈਸਟ ਪਰਫਾਰਮੈਂਸ ਉੱਤੇ ਦਿੱਤੀ ਤੇ ਉਹਦੇ ਨਾਲ ਜਿਹੜੀ ਅਸੀਂ ਇੱਕ 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 ਮੈਡਲ ਅਸੀਂ ਜਿਹੜਾ 63 ਕਿਲੋਗ੍ਰਾਮ ਦੇ ਵਿੱਚ ਕਵਿਕ ਤੋਂ ਸੀ ਅਥਲੀਟ ਉਹਨਾਂ ਲਾਸਟ ਲਿਫਟ ਦੇ ਉੱਪਰ ਮੈ ਸਵੇ ਪਰ ਇਟ ਵਾਸ ਰੀਲੀ ਗੁੱਡ ਸੋ weight lifting ਬਰ ਚੁਕਾ ਕਿਸ ਤਰ੍ਹਾਂ ਹੋਇਆ ਤੁਹਾਡਾ ਥੋੜਾ ਜਿਹਾ ਸਾਨੂੰ ਆਪਣੇ ਪਿੱਛੋਕੜ ਬਾਰੇ ਦੱਸੋ ਸੋ ਵੀ ਕਿਉਂ ਤੁਸੀਂ weight lifting ਨੂੰ ਆਪਣੀ ਸਪੋਰਟ ਚੁਣਿਆ weight lifting ਜਦੋਂ ਮੈਂ ਛੋਟਾ ਸੀਗਾ ਜੀ ਸਕੂਲ ਵਿੱਚ ਪੜਦਾ ਸੀ ਸਕੂਲ ਦੇ ਵਿੱਚ ਵੈਸੇ ਤਾਂ ਖੇਡਾਂ ਖੇਡੀ ਹੋਰ ਖੇਡਾਂ ਦੇ ਵੱਲ ਰੁਝਾਨ ਸੀਗਾ ਹੂੰ ਹੂੰ ਤੇ ਜਦੋਂ ਮੈਂ ਨੌਵੀਂ ਕਲਾਸ ਦੇ ਵਿੱਚ ਪੜਦਾ ਸੀ ਤਾਂ ਸਾਡੇ ਮੇਰੇ ਕਜ਼ਨ ਦੇ ਫਰੈਂਡ ਸਿਗੇ ਜਗਦੀਸ਼ ਉਹਨਾਂ ਹੀ ਉਹਨਾਂ ਆਲ ਨੇ ਯੂਨੀਵਰਸਿਟੀ ਦੇ ਵਿੱਚ ਉਸ ਟਾਈਮ ਗੋਲ ਮਿਲ ਜਿੱਤੇ ਸੀ ਤਾਂ ਉਹਨਾਂ ਨੂੰ ਕਈ ਵਾਰੀ ਮਿਲ ਕੇ ਇੰਨੀ ਖੁਸ਼ੀ ਹੁੰਦੀ ਸੀ ਕਿ ਮੈਂ ਸੋਚਦਾ ਸੀ ਵੀ ਕੀ ਮੈਂ ਵੀ ਇਹ ਕਰ ਸਕਦਾ ਤਾਂ ਉਹਨੀਆਂ ਆਕਸ ਉਹਨਾਂ ਦਾ ਆਣਾ ਜਾਣਾ ਰਹਿੰਦਾ ਸੀ ਤਾਂ ਉਸ ਤੋਂ ਬਾਅਦ ਮੈਂ ਉਹਨਾਂ ਕੋਲ ਜਾਣਾ ਸ਼ੁਰੂ ਕੀਤਾ ਤੇ ਉਹਨਾਂ ਕੋਲ ਜਾ ਕੇ ਫਿਰ ਮੈਂ ਹੌਲੀ-ਹੌਲੀ ਜਿਹੜੀ ਆਪਣੀ ਲਿਫਟਿੰਗ ਆ ਦੇ ਵੱਲ ਹੋਰ ਵੀ ਫੋਕਸ ਕਰਨਾ ਸ਼ੁਰੂ ਕਰ ਦਿੱਤਾ। ਉਹ ਕੁਝ ਕੰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਸਕੂਲਾਂ ਦੇ ਵਿੱਚ ਤੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਜਿਹੜੇ ਮੈਡਲ ਜਿੱਤੇ ਫਿਰ ਮੈਨੂੰ ਇੰਡੀਆ ਵੱਲੋਂ ਇੰਡੀਆ ਟੀਮ ਦੇ ਵਿੱਚ ਰਿਪਰੈਜ਼ੈਂਟ ਕਰਕੇ 97 ਦੇ ਵਿੱਚ ਮੈਂ ਇੰਡੀਆ ਲਈ 골ਡ ਮੈਡਲ ਜਿੱਤਿਆ ਗਿਆ ਦੇ ਵਿੱਚੋਂ ਤੇ ਇਸੇ ਤਰ੍ਹਾਂ ਫਿਰ ਮੇਰਾ ਲਾਈਫ ਦਾ ਸਫਰ ਜਿਹੜਾ ਜੀ ਅੱਗੇ ਵਧਦਾ ਗਿਆ ਪਰ ਜਿਹੜਾ ਅਸਲੀ ਗੋਲ ਸੀ 올림픽 ਦਾ ਪਰ ਉਹ ਮੈਂ ਇੰਡੀਆ ਵੱਲੋਂ ਤਾਂ ਨਹੀਂ ਪੂਰਾ ਕਰ ਸਕਿਆ ਪਰ ਮੈਨੂੰ ਕੈਨੇਡਾ ਗਵਰਨਮੈਂਟ ਵੱਲੋਂ ਜਿਹੜਾ ਜਾਣ ਦਾ ਮੌਕਾ ਮਿਲਿਆ ਇਹ 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 ਮਿਲਿਬੋ ਮੰਨ ਦੀ ਗੱਲ ਕਿੰਨਾ ਕੁ ਫਰਕ ਹੈ ਇੰਡੀਆ ਦੇ ਵਿੱਚ ਇੱਕ ਐਥਲੀਟ ਹੋਣਾ ਤੇ ਕੈਨੇਡਾ ਦੇ ਵਿੱਚ ਹੋਣਾ ਸਹੂਲਤਾਂ ਵਾਈਜ਼ ਜਾਂ ਆਪਰਚੂਨਿਟੀ ਵਾਈਜ਼ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਸਹੂਲਤਾਂ ਵਾਈਜ਼ ਜਦੋਂ ਅਸੀਂ ਇੰਡੀਆ ਦੇ ਵਿੱਚ ਕਰਦੇ ਸੀ ਤਾਂ ਸਾਡੀ ਜਿਹੜੀ ਸਹੂਲਤ ਜਿਹੜੀਆਂ ਸਹੀ ਸਹੂਲਤਾਂ ਆ ਉਹ ਸਾਨੂੰ ਬਿਗਿਨਿੰਗ ਦੇ ਵਿੱਚ ਨਹੀਂ ਮਿਲੀਆਂ ਪਰ ਜਦੋਂ ਅਸੀਂ ਨੈਸ਼ਨਲ ਲੈਵਲ ਦੇ ਐਥਲੀਟ ਬਣ ਗਏ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਲੱਪੇ ਉਸ ਵੇਲੇ ਉਹਨਾਂ ਦੀ ਜਿਹੜੀਆਂ ਸਹੂਲਤਾਂ ਸੀਗੀਆਂ ਕਾਫੀ ਵਧੀਆ ਸੀਗੀਆਂ ਤੇ ਉਸ ਟਾਈਮ ਦੀ ਜਿਹੜੀਆਂ ਸਹੂਲਤਾਂ ਐ ਜਿਉਂ ਉਹੀ ਸਹੂਲਤਾਂ ਸਾਨੂੰ ਬਿਗਿਨਿੰਗ ਦੇ ਵਿੱਚ ਮਿਲਣ ਤਾਂ ਜਿਹੜੀਆਂ ਜਿਹੜੀਆਂ ਮੈਡਲ ਇੰਡੀ ਜਿੱਦ ਚਾਈਨਾ ਦੇ ਆ ਉਹ ਇੰਡੀਆ ਦੇ ਵੀ ਉਦੋਂ ਆ ਸਕਦੇ ਪਰ ਉਹ ਜਿਹੜੀ ਸਿਰਫ ਇੱਕ ਪ੍ਰੋਗਰਾਮ ਐ ਜਿਹੜਾ ਉਹਨੂੰ ਚੇਂਜ ਕਰਨ ਦੀ ਲੋੜ ਐ ਬਾਕੀ ਜਿਹੜੀ ਉਹਨਾਂ ਦੇ ਵੱਲੋਂ ਸਹੂਲਤਾਂ ਉਹ ਕਾਫੀ ਵਧੀਆ ਔਰ ਹੋਰ ਵੀ ਵਧੀਆ ਕਰ ਰਹੇ ਐ ਜਿਹੜੇ ਕੈਨੇਡਾ ਦੇ ਐਥਲੀਟ ਐ ਕੈਨੇਡਾ ਦੇ ਵਿੱਚ ਫਾਈਨੈਂਸ਼ਲੀ ਐਥਲੀਟ ਆਪ ਕੰਮ ਕਰਕੇ ਕਾਫੀ ਸਟਰੋਂਗ ਹੈ ਪਰ ਇੱਥੇ ਜਿਹੜਾ ਕੰਮ ਕਰਕੇ ਸਪੋਰਟਸ ਆਪਾਂ ਕਰਨੀ ਆ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਪਰ ਕੈਨੇਡਾ ਗਵਰਨਮੈਂਟ ਦੇ ਵੱਲੋਂ ਹਜੇ ਜਿਹੜੇ ਪ੍ਰੋਗਰਾਮ ਆ ਉਹ ਐਥਲੀਟਾਂ ਲਈ ਇੰਨੇ 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 ਅਵੇਲੇਬਲ ਨਹੀਂ ਹੈਗੇ ਕਿ ਐਥਲੀਟ ਉਹਨਾਂ ਪ੍ਰੋਗਰਾਮਾਂ ਦੇ ਨਾਲ ਹੀ ਜਿਹੜੀ ਆਪਣੀ ਸਪੋਰਟਸ ਦੇ ਵਿੱਚ ਨਖਾਰ ਲਿਆ ਸਕੇ ਜਾਂ ਆਪਣੀ ਜਿਹੜੀਆਂ ਫੈਸਿਲਿਟੀਆਂ ਪਰਵਾਇਡ ਜਿਹੜੀ ਗਵਰਨਮੈਂਟ ਕਰਦੀ ਉਹ ਉਹਦੇ ਨਾਲ ਉਹਨਾਂ ਦੇ ਜਿਹੜੀ ਸਪੋਰਟਸ ਦੇ ਵਿੱਚ ਜੇ ਇੰਨੀ ਕੋਈ ਸਹਾਇਤਾ ਨਹੀਂ ਮਿਲ ਰਹੀ ਜੀ ਮੈਨੂੰ ਉਮੀਦ ਹੈ ਕਿ ਯੂ ਨੋ ਫਿਊਚਰ ਦੇ ਵਿੱਚ ਡੈਫੀਨੇਟਲੀ ਇਹ ਬੈਟਰ ਹੋਊਗਾ ਤੇ ਕੈਨੇਡਾ ਵੱਲੋਂ ਜ਼ਿਆਦਾ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਥੈਂਕ ਯੂ ਸੋ ਮੱਚ ਉਸ ਫਿਰ ਸਾਡੀ ਕਮਿਊਨਿਟੀ ਦਾ ਨਾਂ ਰੌਸ਼ਨ ਕਰਨ ਦਾ ਤੇ ਸਾਡਾ ਕੈਨੇਡਾ ਦਾ ਨਾਂ ਰੌਸ਼ਨ ਕਰਨ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਮਾਣ ਹੈ ਤੁਹਾਡੇ ਤੇ ਸਾਨੂੰ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ-ਬਹੁਤ ਮੈਨੂੰ ਬਹੁਤ ਖੁਸ਼ੀ ਹੈ ਜੀ ਤੁਹਾਨੂੰ ਮਿਲ ਕੇ ਤੇ ਸਾਰੇ ਚੈਨਲ ਐਮ ਨੂੰ ਜਿਨ੍ਹਾਂ ਨੇ ਮੈਨੂੰ ਹਾਰ ਵੇਲੇ ਜਿਸ ਤਰ੍ਹਾਂ ਦੀ ਵੀ ਮੈਨੂੰ ਹੈਲਪ ਦੀ ਲੋੜ ਪਈ ਤੁਸੀਂ ਮੌਕੇ